ਸੋਚ ਕੇ ਦੇਖੋ, ਇੱਕ ਬੰਦਾ 22 ਸਾਲ ਅੱਗ ਬਾਲੀ ਬੈਠਾ ਰਿਹਾ ਇੱਥੇ। ਮੈਂ ਗਿਆ ਹੋਇਆ ਉੱਥੇ, ਜਦੋਂ ਮੈਂ ਸ਼ੋਅ ਕਰਨ ਜਾਂਦਾ ਸੀ, ਮੈਂ ਕਹਿੰਦਾ ਹੁੰਦਾ ਸੀ ਪ੍ਰਮੋਟਰ ਨੂੰ ਜਿਹੜਾ, ਕਿ ਮੈਨੂੰ ਕੈਂਗਸਟਨ ਹਾਲ ਲੈ ਜਾਓ, ਮੈਨੂੰ ਦਿਖਾ ਦਿਓ ਕਿੱਥੇ ਸਾਡੇ ਯੋਧੇ ਨੇ ਬਦਲਾ ਲਿਆ ਸੀ। ਕੈਂਗਸਟਨ ਹਾਲ ਮੈਂ ਗਿਆ ਹੋਇਆ, ਉਹਨਾਂ ਪੌੜੀਆਂ ਦੇ ਉੱਤੋਂ ਦੀ ਮੈਂ ਪੌੜੀਆਂ ਚੜ੍ਹ ਕੇ ਗਿਆ ਹੋਇਆ, ਜਿੰਨਾ ਪੌੜੀਆਂ ਚੜ੍ਹ ਕੇ ਉਹ ਸ਼੍ਰੀ ਊਧਮ ਸਿੰਘ ਜੀ ਗਏ ਹੋਏ ਸੀ ਉੱਥੇ ਅੰਦਰ ਕੈਂਗਸਟਨ ਹਾਲ। ਵੀਰੋ, ਇਹ ਮਿਸਾਲਾਂ ਕਿਤੇ ਦੁਨੀਆਂ 'ਚ ਬਹੁਤ ਘੱਟ ਮਿਲਦੀਆਂ ਨੇ। ਆਪਾਂ ਕਿਸਮਤ ਵਾਲੇ ਹਾਂ ਕਿ ਆਪਾਂ ਇਸ ਧਰਤੀ ਦਾ ਪਾਣੀ ਪੀਂਦੇ ਹਾਂ। ਜਿੱਥੇ ਸ਼ਹੀਦ ਊਧਮ ਸਿੰਘ ਜੀ ਪੈਦਾ ਹੋਏ ਸੀ, ਤੁਹਾਡਾ ਜਿੱਥੇ ਆਉਣਾ ਉਹਨਾਂ ਦੀ ਆਤਮਾ ਨੂੰ ਸਕੂਨ ਦੇਊਗਾ ਕਿ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਨੂੰ ਯਾਦ ਰੱਖਿਆ ਹੋਇਆ, ਸਾਡੇ ਦਿਨ ਮਨਾਉਂਦੇ ਨੇ, ਸਾਨੂੰ ਯਾਦ ਕਰਦੇ ਨੇ। ਤੁਹਾਡਾ ਇੱਥੇ ਆਉਣਾ ਕੋਈ ਪੋਲੀਟੀਕਲ ਰੈਲੀ ਨਹੀਂ ਹੈਗੀ, ਤੁਹਾਡਾ ਇੱਥੇ ਆਉਣਾ ਅੱਜ ਊਧਮ ਸਿੰਘ ਹੋਰਾਂ ਦੀ, ਭਗਤ ਸਿੰਘ ਹੋਰਾਂ ਦੀ, ਕਰਤਾਰ ਸਿੰਘ ਸਰਾਭੇ ਹੋਰਾਂ ਦੀ ਆਤਮਾ ਨੂੰ ਸਕੂਨ ਦੇਣਾ ਹੈ ਤੁਹਾਡਾ ਇੱਥੇ ਆਉਣਾ। ਇਨਕਲਾਬ, ਇਨਕਲਾਬ ਹੋਰੇ ਸੋ।